सत्कारियो पंजाबियों, आ किसाना दे सुनहरे खेत सोने वर्गे, जिहड़ा खेतां दे नाल किसाना दी कबीलदारी चलती है, जिहदे नाल पंजाब चलता है, इन्हां फसलां दे उत्ते पंजाब दी आर्थिक हालात निर्भर है। किसान दा घर परिवार इस किसानी दे नाल, इस फसल दे उत्ते चलता है। आ झोना जिहदी कमाई दे नाल किसान आपदे बच्चे व्याहुंदा है, आपदा घर बन पाउंदा है, बुजुर्गां दी उहनां दा इलाज कराउंदा है, सब कुछ रोटी पानी सब इन्हां फसलां दे नाल चलदी है, जिहदे उत्ते MSP मिलदा है केंद्र दी सरकार तों, ते उहदी फसल दी पूरी तरह तों खरीद होंदी है, जिस MSP वास्ते सरदार बादल ने वड्डी लड़ाइयां लड़ियां, ते इस MSP दे नाल किसान दी खरीद नूं पक्का बनाउण वास्ते पेंडू सड़कां की, फोकल पॉइंट की, हर किले विच इक मोटर दा कनैक्शन की, हर पक्खों किसान नूं MSP मिले, ते MSP दे नाल मंडीकरण सिस्टम मिले, उहदे वास्ते बादल साहब ने दिन रात मेहनत कीती, ते अज दी सरकार इस फसल नूं खत्म करन वास्ते कोई कसर नहीं छड़ रही। कुछ दिन पहले आपां देखिया कि सुप्रीम कोर्ट दे किवें भगवंत मान दी बेईमान सरकार ने सुप्रीम कोर्ट 'च कहा कि असी SYL दी नहर बनाउण नूं तैयार हाँ, ताकि पानी साडा हरियाणे ते दिल्ली विच जा सके। किवें पंजाब दे आम आदमी दे MP पाठक वर्गे, संदीप पाठक वर्गे शरेआम कहिंदे कि पंजाब दा पानी हरियाणे ते दिल्ली नूं भी चाहीदा है। किवें आम आदमी दा हरियाणे दा MP सुशील गुप्ता वर्गा लोकां नूं कहिंदा कि मेरी गारंटी है कि अगले साल हरियाणे विच आम आदमी दी सरकार बनाओ, ते हरियाणे दे हरेक खेत विच SYL दा नहर दा पानी पंजाब तों लै के हरियाणे नूं दवांगे। धोखा साडा पानी खोण वास्ते ਇਹ ਬੇਈਮਾਨ ਭਗਵੰਤ ਮਾਨ ਕਰ ਰਿਹਾ। ਅਤੇ ਕੱਲ੍ਹ ਅਦਾਲਤ 'ਚ ਜਿਹੜੀ ਇਹ ਪਰਾਲੀ ਸਾੜ ਕੇ ਪੋਲਿਊਸ਼ਨ ਹੁੰਦੀ ਹੈ, ਜਿਹੜਾ ਭਗਵੰਤ ਮਾਨ ਕਹਿੰਦਾ ਸੀ ਕਿ ਇਹੋ ਜਿਹੀ ਬਾਇਓਮੈਸ ਦੀ ਅਸੀਂ ਫੈਕਟਰੀਆਂ ਲਾਵਾਂਗੇ ਕਿ ਆ ਕੇ ਫੈਕਟਰੀ ਵਾਲੇ ਕਿਸਾਨਾਂ ਦੇ ਖੇਤਾਂ ਤੋਂ ਪਰਾਲੀ ਲੈ ਕੇ ਜਾਣਗੇ, ਨਾਲੇ ਪੈਸੇ ਵੀ ਦੇਣਗੇ। ਜਿਹੜਾ ਕੇਜਰੀਵਾਲ ਕਹਿੰਦਾ ਸੀ ਇਹੋ ਜਿਹਾ ਕੈਮੀਕਲ ਮੈਂ ਬਣਾਇਆ ਹੈ ਜਿਹੜੇ ਸਾਰੇ ਕਿਸਾਨਾਂ ਨੂੰ ਦੇਵਾਂਗੇ ਕਿ ਪਰਾਲੀ ਉੱਥੇ ਹੀ ਆਪੇ ਸਾੜਨ ਦੀ ਲੋੜ ਹੀ ਨਹੀਂ ਪਊਗੀ ਉਸ ਕੈਮੀਕਲ ਕਰਕੇ, ਅਤੇ ਕੈਮੀਕਲ ਕੀ ਦੇਣਾ, ਬਾਇਓਮਾਸ ਦੇ ਪ੍ਰੋਜੈਕਟ ਕੀ ਲਾਣੇ, ਕਿਸਾਨਾਂ ਨੂੰ ਪਰਾਲੀ ਨਾ ਸਾੜਨ ਵਾਸਤੇ ਕੋਈ ਸਬਸਿਡੀ ਕੀ ਦੇਣੀ, ਮਸ਼ੀਨਰੀ ਕੀ ਦੇਣੀ, ਉਹ ਤਾਂ ਸਾਰਾ ਛੱਡੋ, ਕਿਸਾਨਾਂ ਦੇ ਉੱਤੇ ਜਿਹੜੇ ਪਰਚਾ ਕਰ ਰਹੇ ਨੇ। ਲੇਕਿਨ ਸਭ ਤੋਂ ਵੱਡੀ ਗੱਲ, ਕੱਲ੍ਹ ਅਦਾਲਤ ਵਿੱਚ ਪੰਜਾਬ ਦਾ ਐਡਵੋਕੇਟ ਜਨਰਲ ਭਗਵੰਤ ਮਾਨ ਦੇ ਨਿਰਦੇਸ਼ਾਂ 'ਤੇ ਕਹਿ ਕੇ ਆਇਆ ਹੈ ਕਿ ਜੇ ਇਹ ਪੋਲਿਊਸ਼ਨ ਰੋਕਣੀ ਹੈ, ਪਰਾਲੀ ਨੂੰ ਸੜਨ ਤੋਂ ਰੋਕਣਾ ਹੈ, ਤਾਂ ਇਸ ਝੋਨੇ ਦੇ ਉੱਤੇ MSP ਸਰਕਾਰ ਖਤਮ ਕਰ ਦੇ, ਕਿਉਂਕਿ ਜਦ MSP ਨਹੀਂ ਮਿਲੇਗੀ ਫਿਰ ਕਿਸਾਨ ਹੋਰ ਕੋਈ ਚੀਜ਼ ਦੀ ਬਿਜਾਈ ਕਰੂਗੀ। ਮਤਲਬ ਸਾਡੇ ਪੰਜਾਬ ਨੂੰ ਹਰਾ ਭਰਾ ਬਣਾਉਣ ਵਾਸਤੇ, ਕਿਸਾਨਾਂ ਦਾ ਢਿੱਡ ਭਰਨ ਵਾਸਤੇ ਜਿਹੜੀ ਮਿਹਨਤ ਬਾਦਲ ਸਾਹਿਬ ਨੇ ਕੀਤੀ ਸੀ, ਇਹ ਪੰਜਾਬ ਨੂੰ ਬਿਹਾਰ ਅਤੇ UP ਬਣਾਉਣਾ ਚਾਹੁੰਦਾ ਹੈ, ਜਿੱਥੇ ਕੋਈ ਮੰਡੀਕਰਨ ਸਿਸਟਮ ਨਹੀਂ ਹੈ, ਕੋਈ MSP ਨਹੀਂ ਹੈ, ਅਤੇ ਜਿਹੜਾ MSP 'ਚ ਝੋਨਾ ਇੱਥੇ ਵਿਖਦਾ ਉਹ 1400 ਦਾ ਵੀ ਉੱਥੇ ਨਹੀਂ ਵਿਖਦਾ ਹੈ। ਇਹ ਪੰਜਾਬ ਨੂੰ ਉਸ ਪਾਸੇ ਲਿਜਾ ਕੇ ਕੇਂਦਰ ਦਾ ਏਜੰਡਾ ਭਗਵੰਤ ਮਾਨ ਚਲਾ ਰਿਹਾ ਹੈ। 3 ਕ੍ਰਿਸ਼ੀ ਕਾਨੂੰਨਾਂ ਦੇ ਖਿਲਾਫ ਲੜਾਈ ਕਿਹਨੇ ਲੜੀ ਸੀ ਅਤੇ ਕਿਉਂ ਲੜੀ ਸੀ? 650 ਸਾਡੇ ਕਿਸਾਨਾਂ ਨੇ ਸ਼ਹੀਦੀ ਪਾ ਲਿੱਤੀ ਉਹ ਕਾਨੂੰਨਾਂ ਨੂੰ ਵਾਪਸ ਕਰਨ ਵਾਸਤੇ, ਉਹ ਵੀ ਕਾਨੂੰਨ ਕੀ ਸੀ? ਆਹੀ ਮੰਡੀਕਰਨ ਸਿਸਟਮ ਨੂੰ ਖਤਮ ਕਰਨ ਵਾਸਤੇ, MSP ਨੂੰ ਲਾਜ਼ਮੀ ਬਣਾਉਣ ਵਾਸਤੇ ਅੱਜ ਤਾਂ ਹੀ ਲੜਾਈ ਲੜ ਰਹੇ ਹਾਂ, ਜਿਹੜੀ ਕਮੇਟੀ ਭਾਜਪਾ ਨੇ ਅੱਜ ਤਾਂ ਹੀ ਨਹੀਂ ਕੀਤੀ। ਅਤੇ ਭਗਵੰਤ ਮਾਨ ਉਹਨਾਂ ਦਾ ਏਜੰਡਾ ਚਲਾ ਕੇ ਅਦਾਲਤਾਂ 'ਚ ਕਹਿ ਰਿਹਾ ਹੈ ਕਿ ਕੇਂਦਰ MSP ਦੇ ਉੱਤੇ ਖਤਮ ਕਰੇ, ਤਾਂ ਕਿ ਸਾਰੇ ਕਿਸਾਨ ਝੋਨਾ ਬੀਜਣਾ ਬੰਦ ਕਰ ਦੇਣ ਅਤੇ ਕੋਈ ਹੋਰ ਫਸਲ ਬੀਜਣ ਲੱਗ ਜਾਣ। ਵੀਰੋ, ਮੈਂ ਤਾਂ 2022 ਦੀ ਚੋਣਾਂ ਤੋਂ ਸਾਰਿਆਂ ਨੂੰ ਜਗਾਉਂਦੀ ਫਿਰਦੀ ਸੀ, ਮੇਰੀ ਕੱਢ ਲਓ ਮੇਰੀ ਸਪੀਚਾਂ ਕਿ ਜਾਗ ਜਾਓ, ਇਹ ਭਗਵੰਤ ਮਾਨ ਨੇ ਪੰਜਾਬ ਦਾ ਨਾਸ ਕਰ ਦੇਣਾ, ਇਸ ਆਮ ਆਦਮੀ ਪਾਰਟੀ ਨੇ, ਇਹ ਕੇਜਰੀਵਾਲ ਅਤੇ ਕੇਂਦਰ ਦੇ ਇਸ਼ਾਰੇ 'ਚ ਹਰ ਪੱਖੋਂ ਪੰਜਾਬ ਦਾ ਹੱਕ ਕਮਜ਼ੋਰ ਕਰ। ਸਾਡੀ ਰਾਜਧਾਨੀ ਵਿੱਚ ਜਦ ਹਰਿਆਣੇ ਨੇ ਥਾਂ ਮੰਗੀ, ਚੱਕ ਕੇ ਉਹਦੇ ਵਿਰੋਧ ਨਹੀਂ ਬੋਲਿਆ। ਜਦ ਸਾਡੇ ਪੰਜਾਬ ਦੇ MP ਸਾਡਾ ਪਾਣੀ ਖੋਣ ਦੀ ਗੱਲ ਕਰਦੇ, ਉਹਦੇ ਖਿਲਾਫ ਖੰਡਨ ਤੱਕ ਨਹੀਂ ਕਰਦਾ, ਕੱਢਣਾ ਤਾਂ ਉਹਨਾਂ ਨੂੰ ਕੀ ਹੈਗਾ। ਸਾਡੇ ਪਾਣੀਆਂ ਦਾ ਕੇਸ ਜਿਹੜਾ ਇੰਨੇ ਸਾਲਾਂ ਤੋਂ ਅਸੀਂ ਲੜੀ ਜਾ ਰਹੇ, ਉਹਨੂੰ ਕਮਜ਼ੋਰ ਅਦਾਲਤ 'ਚ ਕਰਤਾ, ਅਤੇ ਹੁਣ MSP ਖਤਮ ਕਰਨ ਵਾਸਤੇ ਝੋਨੇ ਦੇ ਉੱਤੇ ਆ ਵੀ ਅਦਾਲਤ 'ਚ ਸੂਬੇ ਦੀ ਸਰਕਾਰ ਨੇ ਉੱਥੇ ਐਫੀਡੇਵਿਟ ਉੱਥੇ ਗੱਲ ਕਰ ਦਿੱਤੀ ਹੈਗੀ। ਜਾਗ ਜਾਓ, ਇਸ ਸਰਕਾਰ ਨੂੰ ਜਿੰਨੀ ਛੇਤੀ ਰਵਾਨਾ ਕਰੋਗੇ, ਨਹੀਂ ਤਾਂ ਪੰਜਾਬ 'ਚ ਕੁਛ ਬਚਣਾ ਨਹੀਂ। ਅੱਜ MSP ਖਤਮ ਹੋਊਗੀ, ਕੱਲ੍ਹ ਤੁਹਾਡੀ ਆਮਦਨ ਵਿੱਚ ਘਾਟਾ ਪਊਗਾ, ਪੰਜਾਬ ਦੀ ਆਰਥਿਕ 50,000 ਕਰੋੜ ਦਾ ਕਰਜ਼ਾ ਚੜਾ ਦਿੱਤਾ ਹੈ, ਅਤੇ ਜਦ ਫਸਲ ਵੀ ਨਹੀਂ ਹੋਊਗੀ, ਆਮਦਨ ਹੀ ਨਹੀਂ ਹੋਊਗੀ, ਫਿਰ ਪੰਜਾਬ ਕੀ ਰਹਿਣਾ ਹੈ? ਇਹ ਕੇਂਦਰ ਦਾ ਏਜੰਡਾ ਇਹ ਭਗਵੰਤ ਮਾਨ ਬੇਈਮਾਨ ਪੂਰਾ ਕਰਨ 'ਚ ਲੱਗਿਆ ਹੈ। ਮੈਂ ਪੰਜਾਬੀਆਂ ਨੂੰ ਕਹਿੰਦੀ ਹਾਂ, ਜਿੱਥੇ ਤੁਹਾਨੂੰ
आम आदमी का कोई भी दसदा है, जे उन्हां नूं घेर के सवाल नहीं किते, जवाब नहीं लिते, जे इन्हां नूं वोट की चोट मार के इन्हां नूं जगाया नहीं, तो पंजाब जे इन्हां ने कख रहन नहीं देना।